हाँ जी बाले दे होटल तो आया पैसे दे हो। कादे पैसे जी? रोटी दे पैसे। रोटी तो असी मंगवाई नहीं गी। वो तेरे कजन रोटी खाते रहे ना पूरा महीना मेरे को आके। हैं? हाँ जी। मैं क्या डैडी? कौन आया? अब बाहर आओ। गल हो ही है ए जी होटल तो आया जी। यही करना आया होटल? ये जी वो जेड़े कजन नहीं जी अपने नवे बने साडे कजन ओ हमीद साहब ते पागल साहब आ जेड़े इत्थे फिरदे हुंदे। हां जी। उहनां नूं की होया? वो कहिंदा क्रैशी साहब दा नां लै के महीना हो गया उत्थों रोटी खाण डए ने साडे होटल तो। हां जी। आ जेड़े पागल जे फिरदे दो जने। हां जी हां जी। वो पहले दिन आए सी तुहाडा घर वी विखा गए आ मैनूं क्या घर है मेरे कजन दा इत्थों आ के तुसीं पैसे पूसे लै लियो। एक महीना रोटी तुहाडे कोल खांदे रहे? हां जी। ਤੁਸੀਂ ਖਲਾਉਂਦੇ ਰਹੇ ਸਾਨੂੰ? ਅਸੀਂ ਤੁਹਾਨੂੰ ਇੱਥੇ ਕਈ ਵਾਰ ਦੇਖਿਆ ਵੀ ਗੱਲਾਂ ਗੁੱਲਾਂ ਕਰਦੇ ਵੀ ਦੇਖਿਆ ਵਾ। ਤੁਸੀਂ ਮੇਲਾ ਮੂਲਾ ਰੱਖਿਆ ਸੀ? ਨਹੀਂ ਜੀ ਉਹ ਤੇ ਸਾਨੂੰ ਰੋਟੀ ਤੁਹਾਡਾ ਹੱਕ ਨਹੀਂ ਬਣਦਾ ਤੁਸੀਂ ਸਾਨੂੰ ਆ ਕੇ ਪੁੱਛੋ ਵੀ ਤੁਹਾਡੇ ਕਜ਼ਨ ਹੈ ਕਿ ਨਹੀਂ ਹੈ। ਨਹੀਂ ਤੁਸੀਂ ਸਾਨੂੰ ਉਹਨਾਂ ਦੇ ਨਾਲ ਗੱਲਾਂ ਕਰਦੇ ਵੇਖਿਆ ਵਾ ਕਦੀ ਉਹ ਇਹ ਨਹੀਂ ਵੇਖਿਆ ਕਿ ਅਸੀਂ ਕੇਸ ਲੈ ਜੇ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਕਰਦੇ ਹਾਂ ਜਾਂ ਕਿਸੇ ਕਦੀ ਮੋਟਰਸਾਈਕਲ ਦੇ ਪਿੱਛੇ ਬੈਠੇ ਵੇਖੇ ਹੋਣ ਜਾਂ ਸਾਨੂੰ ਕਿਤੇ ਇੱਥੇ ਵੈਸੇ ਚਾਹ ਚੂ ਪੀਂਦੇ ਵੇਖੇ ਹੋਣ। ਤੁਸੀਂ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਧਾਰ ਦੇਣਾ ਸ਼ੁਰੂ ਕਰਤਾ? ਸਾਨੂੰ ਸਾਜ ਉਹਨਾਂ ਨੇ ਆਂਦੇ ਸਾਰ ਇੱਥੇ ਘਰ ਬਣਾਇਆ। ਤੈਨੂੰ ਯਾਰ ਕੋ ਇਹ ਕਹਿ ਰਵੇ ਵੀ 50,000 ਰੁਪਏ ਦੇ ਕੁਰੈਸ਼ੀ ਸਭ ਮੰਗਦੇ ਦੇ ਦੇਂਗਾ ਤੂੰ ਗਲਤ ਗੱਲ ਤਾਂ ਨਾ ਕਰ ਤੂੰ। ਅਸਲ ਦੇ ਵਿੱਚ ਉਹ ਫਰਾਡੀਏ ਨੇ ਦੋਵੇਂ ਉਹ ਬੜੇ ਹੈ ਨਾ ਇਸ ਕਾਨੂੰਨੀ ਦੇ ਪਾਗਲ ਲੋਕ ਨੇ ਤੇ ਤੁਸੀਂ ਉਹਨਾਂ ਨੂੰ ਇੱਕ ਮਹੀਨਾ ਹੀ ਦਿੰਦੇ ਰਹੇ ਹੋ ਤੁਸੀਂ। ਅੱਛਾ ਇਹ ਤੁਹਾਡੇ ਪੈਸੇ 32,000 ਰੁਪਏ ਬਣ ਗਏ ਤੇ 32,000 ਰੁਪਏ ਕਾਹਦਾ ਬਣ ਗਿਆ ਯਾਰ ਆ ਫੜ ਤੂੰ ਸਾਨੂੰ ਪੁੱਛ ਕੇ ਦਿੱਤੇ ਨੇ 32,000 ਰੁਪਏ ਸਾਨੂੰ ਸੁਣਾਈ ਜਾ ਰਹੇ ਆ ਤੈਨੂੰ ਕਜ਼ਨ ਦਿੰਦੇ ਆ ਤੂੰ 4 ਦਿਨ ਖਿਲਾ ਲਾ 5ਵੇਂ ਦਿਨ ਪੈਸੇ ਲੈਣ ਆ ਜਾ ਏਡਾ ਸਬਰ ਕਰਨ ਵਾਲਾ ਕੁਰੈਸ਼ੀ ਫੈਕਟਰੀ 'ਚ ਲੱਗਾ ਵੀ ਮਹੀਨੇ ਬਾਅਦ ਉਹਨੂੰ ਤਨਖਾਹ ਮਿਲਣੀ ਹੈ ਤੂੰ 2 ਦਿਨ ਬਾਅਦ ਆ ਜਾ 3 ਦਿਨ 4 ਦਿਨ ਬਾਅਦ ਸਾਨੂੰ ਦੱਸ ਕਿ ਭਾਈ ਇਹ ਰੋਟੀ ਖਾਣ ਡਏ ਆ ਲਓ ਕੁਰੈਸ਼ੀ ਸਾਹਿਬ ਆਪਣਾ ਬਿੱਲ ਅਤੇ ਮੈਨੂੰ ਪੈਸੇ ਦਿਓ ਤੁਹਾਡੀ ਇੱਜ਼ਤ ਲਈ ਅਸੀਂ ਉਹਨਾਂ ਨੂੰ ਰੋਟੀ ਖਿਲਾਈ ਹੈ ਤੁਸੀਂ ਸਾਨੂੰ ਉਲਟਾ ਕਹਿ ਰਹੇ ਹੋ ਆਹ 32,000 ਰੁਪਏ ਤੁਹਾਡਾ ਬਿੱਲ ਬਣ ਗਿਆ 32,000 ਭੱਤੀ ਦੀ ਰੋਟੀ ਸੀ ਇਹ ਕੈਸੀ ਗੱਲ ਕਰੀ ਜਾਂਦਾ ਹੈ ਇਹ ਤੁਸੀਂ ਪੈਸੇ ਦਿਓ ਨਾ ਮੈਨੂੰ ਪਹਿਲੇ ਤੂੰ ਇੱਦਾਂ ਕਰ ਤੂੰ ਹੋਟਲ 'ਤੇ ਚੱਲ ਸ਼ਾਮ ਨੂੰ ਆ ਕੇ ਮੈਂ ਤੇਰੇ ਨਾਲ ਗੱਲ ਕਰਦਾ ਹਾਜ ਸਾਹਿਬ ਬੈਠੇ ਹੁੰਦੇ ਆ ਹਾਂਜੀ ਆ ਮੈਂ ਬੈਠ ਉਹਨਾਂ ਹਾਜ ਸਾਹਿਬ ਨੂੰ ਮੇਰਾ ਕਮੀ ਮੈਂ ਉਹਨਾਂ ਮੈਂ ਗੱਲ ਕਰਦਾ ਉਹਨਾਂ ਨਾਲ ਆ ਕੇ ਏਡੇ ਕਜ਼ਨ ਆ ਗਏ ਇਹ ਤੁਸੀਂ ਦੇਖੋ ਬਾਜੀ ਅਸੀਂ ਸਕੇ ਕਜ਼ਨਾਂ ਨੂੰ ਨਹੀਂ ਕਦੀ 500 ਤੋਂ ਜ਼ਿਆਦਾ ਰੋਟੀ ਖਵਾਈ ਤੁਸੀਂ ਉਹਨਾਂ ਦੀ ਦਿਲੇਰੀ ਤੇ ਵੇਖੋ 32,000 ਰੁਪਏ ਦੀ ਤੁਹਾਡਾ ਨਾਂ ਲੈ ਕੇ ਰੋਟੀ ਖਾ ਗਏ ਨੇ ਰੋਟੀ ਖਾਈ ਜਾਂਦੇ ਫਿਰੀ ਜਾਂਦੇ ਆ ਖਾਈ ਜਾਂਦੇ ਆ ਉੱਪਰ ਦੀ ਸੜਕ ਜਾਂਦੇ ਹਜ਼ਮ ਕਰਕੇ ਇਧਰੋਂ ਫੇਰ ਚੱਲ ਜਾਂਦੇ ਫੇਰ ਖਾਣ ਚੱਲ ਜਾਂਦੇ ਤੁਸੀਂ ਅੱਬਾ ਜੀ ਮੈਨੂੰ ਹੁਣ ਇਹ ਦੱਸੋ ਕਿ ਉਹ ਇਸ ਟਾਈਮ ਹੋਣਗੇ ਕਿੱਥੇ ਉਹਨਾਂ ਨੂੰ ਕਿਤੇ ਤੂੰ ਫੜ ਕੇ ਤੂੰ ਲੈ ਆਵੇਂ ਹੈ ਨਾ ਤੇ ਅੱਜ ਮੈਂ ਉਹਦੀ ਇੰਜ ਦੀ ਸੇਵਾ ਕਰਾਂ ਉਹ ਜ਼ਿੰਦਗੀ 'ਚ ਇੱਧਰ ਦੀ ਨਹੀਂ ਲੰਘਣਗੇ ਇਹ ਮੈਂ ਤੈਨੂੰ ਦੱਸ ਦਵਾਂ ਆਹ ਮੁੰਡਾ ਨਾ ਆਉਂਦਾ ਉਹ ਕਦਨਾ ਮੇਰੇ ਅੰਦਰ ਮੈਨੂੰ ਕਰਦਾਈ ਕਰਵਾ ਦੇਣਾ ਸੀ ਔਰ ਅੱਬਾ ਜੀ ਇਸ ਕਾਨੂੰਨੀ 'ਚ ਨਵੇਂ ਆਏ ਆ ਕੋਈ ਇੱਥੇ ਸਾਡੀ ਇੱਜ਼ਤ ਆ ਹਰ ਬੰਦਾ ਤੁਹਾਨੂੰ 32,000 ਦੀ ਰੋਟੀ ਖਾ ਗਏ ਆ ਅਸੀਂ ਆਪਣੇ ਸਲੂਟ ਮਾਰਦਾ ਬਾਪ ਨੂੰ 10,000 ਦੇਣਾ ਹੋਵੇ 4 ਵਾਰੀ ਪੁੱਛੀਦਾ ਵੀ ਕਦੋਂ ਵਾਪਸ ਕਰੇਗਾ ਕਿੱਥੇ ਤੁਸੀਂ ਅੱਬਾ ਜੀ ਅੰਦਰ ਚੱਲ ਕੇ ਬੈਠੋ ਜ਼ਰਾ ਤੇ ਮੈਂ ਆ ਨਾ ਜ਼ਰਾ ਇੱਥੇ ਕਿਤੇ ਹੋਣੇ ਉਹਨਾਂ ਨੂੰ ਮੈਂ ਲੱਭ ਕੇ ਲਿਆ ਇੱਧਰ ਵੇਖੀ ਇੱਧਰ ਹੁੰਦਾ ਆ ਉਹ ਦੇਗ ਨਹੀਂ ਪਕਾਉਂਦੇ ਹੁੰਦੇ ਉਹ ਦੇਗ ਇੱਥੇ ਦੀ ਹੁੰਦੀ ਹੈ ਹਾਂਜੀ ਹਾਂਜੀ ਉਹ ਤਾਂ ਫਿਰਦੇ ਹੁੰਦੇ ਆ ਉਹ ਸ਼ਾਹ ਸਾਹਿਬ ਦੇ ਹਾਂ ਜਿਹਨਾਂ ਦਰਵਾਜ਼ੇ 'ਤੇ ਫਰੂਟ ਪਿਆ ਹੋਊ ਨਾ ਉਹ ਦਰਵਾਜ਼ੇ ਦੇ ਆਲੇ ਦੁਆਲੇ ਫਿਰਦੇ ਹੁੰਦੇ ਆ ਤੁਸੀਂ ਜਾ ਕੇ ਅੰਦਰ ਅੱਬਾ ਜੀ ਜ਼ਰਾ ਆਰਾਮ ਕਰੋ ਮੈਂ ਇਹਨਾਂ ਨੂੰ ਅੱਜ ਲੱਭ ਕੇ ਕਜ਼ਨ ਵਾਲਾ ਤੇ ਦਰਵਾਜ਼ਾ ਜਿਵੇਂ ਲੈ ਕੇ ਆਉਣਾ ਆ ਲੱਭ ਕੇ ਕੀ ਆ ਚੜ ਜਾ ਇਹਨਾਂ ਪਿੱਛੇ ਤੁਸੀਂ ਜਾਓ ਅੰਦਰ ਮਜ਼ਾ ਆ ਰਿਹਾ ਹੂੰ ਹੂੰ ਇਹ ਛੋਟੇ ਗੋਸ਼ ਦਾ ਛੋਟੇ ਗੋਸ਼ ਦਾ ਆਪਣਾ ਹੀ ਮਜ਼ਾ ਓ ਯਾਰ ਹੱਡੀ ਆ ਗਈ ਵਿੱਚ ਕੱਲ ਕਹਿੰਦੇ ਸੀ ਪਾਵੇ ਪਕਾਉਣੇ ਆ ਕੱਲ ਹੂੰ ਪਾਵੇ ਖਾਵਾਂਗੇ ਇੱਕ ਇੱਕ ਪਹਿਲਾ ਪਾਵੇ ਨਾ ਖਾਣਾ ਹੂੰ ਬਾਅਦ ਸ਼ੋਰਬਾ ਵੀ ਪੀਣਾ ਆਪਾਂ ਆ ਝੂਰਪੂਰ ਮੈਂ ਖਾਣਾ ਮੈਂ ਤੁਹਾਨੂੰ ਦੱਸ ਦਊਂ ਸਹੀ ਪਕਾਉਂਦੇ ਆ ਮਟਨ ਹੈ ਕਹਿੰਦਾ 800 ਦੀ ਪਲੇਟ ਆ ਅੱਗੇ ਲੋ 1200 ਦੀ ਸਾਨੂੰ ਕੋਈ ਟੈਨਸ਼ਨ ਨਾ ਮੈਂ ਕਿਹਾ ਅਭੀ ਕੁਰੈਸ਼ੀ ਨਹੀਂ ਦੇਣੇ ਅਸੀਂ ਦੇਣੇ ਉਹ ਤਾਂ ਇੱਜ਼ਤ ਕਰਦਾ ਪਾਵੇ ਆਪਾਂ ਘਰ ਵੀ ਲੈ ਕੇ ਆਉਣੇ ਆ ਉੱਥੇ ਵੀ ਖਾਵਾਂਗੇ ਤੂੰ ਘਰ ਵੀ ਲੈ ਕੇ ਬਸ ਠੀਕ ਹੈ ਅਸਲਾਮ ਵਾਲੇਕੁਮ ਜੀ ਆਓ ਜੀ ਵਾਲੇਕੁਮ ਸਲਾਮ ਕੀ ਹਾਲ ਭਾਈ ਹੋਰ ਤੁਸੀਂ ਸੁਣਾਓ ਠੀਕ ਹੋ ਕ੍ਰਿਸ਼ ਸਾਹਿਬ ਠੀਕ ਨੇ ਜੀ ਹਾਂਜੀ ਕ੍ਰਿਸ਼ ਸਾਹਿਬ ਠੀਕ ਨੇ ਹੋਰ ਮੀ ਸਾਹਿਬ ਅੱਲਾ ਦਾ ਕਰੇ ਤੁਸੀਂ ਸੁਣਾਓ ਰੋਟੀਆਂ ਚੱਲ ਰਹੀਆਂ ਨੇ ਮਗਾਈਏ ਨਹੀਂ ਇਸ ਕਿਸਮ ਦਾ ਛੋਟਾ ਗੋਸ਼ ਪੱਕਾ ਆ ਦੇਖੋ ਬੋਟੀ ਉਹ ਯਾਰ ਇੰਨੀ ਕੁ ਰਹਿਣ ਦੇ ਕੀ ਹੋ ਗਿਆ ਯਾਰ ਬਹੁਤ ਮਜ਼ਾ ਡੈਡੀ ਤੁਹਾਨੂੰ ਯਾਦ ਕਰ ਰਿਹਾ ਸੀ ਕ੍ਰਿਸ਼ ਸਾਹਿਬ ਹਾਂਜੀ ਕਹਿੰਦੇ ਬੜੇ ਦਿਨ ਹੋ ਗਏ ਨੇ ਹਾਂ ਅੱਜ ਨਹੀਂ ਜਾਂਦੇ ਉਹ ਕੰਮ 'ਚ ਮਸ਼ਹੂਰ
ਅਸੀਂ ਉਹਨੂੰ ਉਸ ਮਹੱਲੇ ਜਾਂਦੇ ਨਹੀਂ, ਤੁਹਾਡੇ ਵਾਲੀ ਗਲੀ 'ਚ ਅਸੀਂ ਕਦੀ ਲੰਘਦੇ ਨਹੀਂ ਭਾਈ, ਤੁਸੀਂ ਗੁੱਸਾ ਕਰਦੇ ਸਾਰਾ ਖਾਣਾ ਰੋਟੀ ਨਾਲ ਹੀ ਹੋਟਲ ਆਪਾਂ ਕਿਤੇ ਮੰਗਾ ਲਿਆ। ਨਹੀਂ 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 ਨਹੀਂ, ਅਸਲ 'ਚ ਅੱਬੂ ਨੇ ਤੁਹਾਡੇ ਵਾਸਤੇ ਕਹਿੰਦੇ ਸੀਗੇ ਲੱਭ ਕੇ ਲਿਆਓ ਹਮੀਦ ਸਾਹਿਬ ਨੂੰ, ਅਤੇ ਤੁਹਾਨੂੰ ਅਤੇ ਅੱਬੂ ਨੇ ਤੁਹਾਡੇ ਵਾਸਤੇ ਦੁੱਧ ਪੱਤੀ ਬਣਾਈ ਹੈ। ਅੱਬੂ ਗਏ ਸੀਗੇ ਇੱਧਰ ਤਾਂਦਲੇ ਵੱਲ, ਉੱਥੋਂ ਮਨਪਸੰਦ ਲਿਆਏ ਆ, ਪੂਰਾ ਪੂਰਾ ਬਦਾਮ ਲੱਗਾ ਉੱਤੇ, ਕਹਿੰਦੇ ਸੀ ਕਿੰਨੇ ਦਿਨ ਹੋ ਗਏ। ਮਨਪਸੰਦ ਮਿੱਠੀ ਮਿੱਠੀ ਬਰਫੀ ਵਾਲੀ, ਬਰਫੀ ਵਾਲੀ ਉੱਤੇ ਡੈਡਾ ਮੋਟਾ ਬਦਾਮ, ਉਹ ਚਾਹ ਨਾ ਖਾਈਦੀ ਯਾਰ। ਅਤੇ ਮੈਂ ਤੁਹਾਨੂੰ ਕਹਿ ਰਿਹਾ ਹਮੀਦ ਸਾਹਿਬ, ਅੱਬੂ ਨੇ ਸਵੇਰੇ ਦੁੱਧ ਚੁਆਵਾਂ ਮੰਗਾਇਆ, ਕਹਿੰਦੇ ਅਸੀਂ ਦੁੱਧ ਪੱਤੀ ਬਹਿ ਕੇ ਇਕੱਠੇ ਹੀ ਪੀਂਦੇ ਹਾਂ, ਅਤੇ ਆਓ ਅੱਬੂ ਤੁਹਾਨੂੰ ਯਾਦ ਕਰ ਰਿਹਾ। ਹਾਂਜੀ ਘਰ ਨੇ ਅੱਬੂ, ਏਸੀ ਲਵਾ ਲਿਆ ਮਕਾਨ ਦਾ, ਏਸੀ ਅੱਬੂ ਨੇ ਘੰਟਾ ਪਹਿਲੇ ਦਾ ਛੱਡਿਆ, ਉਹ ਕਹਿੰਦੇ ਹਮੀਦ ਸਾਹਿਬ ਕਮਰਾ ਠੰਡਾ ਠੰਡਾ, ਨਾਲ ਕੀ ਕੁਚਾ ਮਨ ਪਸੰਦ ਦਾ ਬਿਸਕੁਟ ਵੀ, ਮੈਂ ਆਪਾਂ ਬਿਸਕੁਟ ਹੀ ਖਾਏ, ਬਿਸਕੁਟ ਦੇ ਅੱਬੂ ਨੇ ਲਾਹੌਰ ਸਵੀਟ ਤੋਂ ਪਰਸੋਂ ਦੇ ਲਿਆ ਕੇ ਰੱਖੇ ਹੈ। ਅੱਛਾ ਅੱਛਾ ਚੱਲ ਫਿਰ ਕੁੜੀ ਗੱਲ, ਆਹੋ ਅੱਬੂ ਤੁਹਾਨੂੰ ਤੇਰੀ ਵਾਲੀ ਮੇਰੇ ਕੋਈ ਹੋ, ਹਾਂ ਠੀਕ ਯਾਦ ਕਰ ਰਹੇ ਆ ਬੜੇ ਸ਼ਿੱਦਤ ਦੇ ਨਾਲ, ਕਹਿੰਦੇ ਕਿੰਨੇ ਦਿਨ ਹੋ ਗਏ। ਮੈਂ ਕਹਿੰਦਾ ਰੋਟੀ ਖਾ ਲੈਂਦੇ, ਕਦੇ ਸਾਡੇ ਪੱਲੇੋਂ ਵੀ ਖਾ ਲਿਆ ਕਰੋ। ਨਹੀਂ 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 ਨਹੀਂ, ਲਓ ਇੱਕ ਖੋਲ ਲਓ। ਹਮੀਦ ਸਾਹਿਬ ਉੱਥੇ ਬਿਸਕੁਟ ਮਨਪਸੰਦ ਕਿੰਨੇ ਖਾਣੀ ਆ, ਚਲੋ ਆਓ ਮੈਂ ਕਹਿੰਦਾ ਰੋਟੀ ਖਾ ਲੈਂਦੇ। ਨਹੀਂ ਨਹੀਂ, ਉੱਥੇ ਜਿਹੜਾ ਇੰਨਾ ਕੁਛ ਮੰਗਾਇਆ ਉਹ ਕਿੰਨੇ ਖਾਣਾ ਵੀ ਯਾਰ। ਆ ਗੱਡੀ ਵੀ ਆਪਣੀ? ਹਾਂਜੀ, ਇਹ ਡੈਡੀ ਨੇ ਹੁਣ ਲਈ ਆ, ਹਫ਼ਤਾ ਹੋ ਗਿਆ। ਮੱਝਾਂ ਲੱਗੀਆਂ ਬਸ, ਅੱਜ ਅੱਬੂ ਤੁਹਾਡੇ ਨਾਲ ਬਹੁਤ ਪਿਆਰ ਕਰਨਾ ਚਾਹ ਰਹੇ ਆ। ਅੱਛਾ ਅੱਛਾ, ਕਰਨਾ ਚਾਹੀਦਾ ਜੀ ਪਿਆਰ ਚ। ਹਾਂਜੀ ਪਿਆਰ ਚ, ਕਿਉਂਕਿ ਹੁਣ ਤੁਹਾਡੇ ਨਾਲ ਪਿਆਰ ਚ ਬਰਕਤ ਆ ਜੀ। ਆਇਓ ਅੰਦਰ ਆਓ, ਲੰਘਿਆ ਜੀ ਲਓ, ਤੁਸੀਂ ਸਾਡੇ ਕਜ਼ਨ ਆ, ਤੁਹਾਨੂੰ ਕਿਹੜਾ ਕੋਈ ਪੁੱਛਣ ਦਾ ਰੌਲਾ, ਆਜੋ ਹੁਣ ਤਾਂ ਪੁੱਛਣ ਦੱਸਣ ਵਾਲੀ ਲੋੜ ਹੀ ਕੋਈ ਨਹੀਂ, ਆਜੋ ਆਜੋ ਆਜੋ, ਬਿਸਮਿਲ੍ਲਾ ਆਜੋ ਆਜੋ ਆਜੋ, ਡੈਡੀ ਕਜ਼ਨ ਜੀ, ਬਿਸਮਿਲ੍ਲਾ ਬਿਸਮਿਲ੍ਲਾ, ਮੇਰੇ ਕਜ਼ਨ ਆਏ, ਬੈਠੇ ਕਜ਼ਨ ਆਏ ਜੀ, ਮੇਰੇ ਕਜ਼ਨ ਆਏ ਅੱਜ ਤਾਂ ਜੀ, ਮੈਂ ਕਿਹਾ ਅੱਜ ਤਾਂ ਅੱਲਾ ਨੇ ਖੈਰ ਕਰਤੀ ਹੈ, ਅੱਲਾ ਤੁਹਾਡੇ ਤੇ ਰੋਜ਼ਾਨਾ ਖੈਰ ਕਰਦਾ ਜੀ। ਮੈਨੂੰ ਨੀ ਪਤਾ ਹੈਗਾ ਵੀ ਮੇਰੇ ਕਜ਼ਨ ਦੇ ਘਰ ਕਿੰਨੇ ਕਮਰੇ ਆ, ਕਜ਼ਨ ਮੇਰੇ ਉੱਤੇ ਸੌਂਦੇ ਕਿ ਥੱਲੇ ਸੌਂਦੇ ਆ। ਇਹ ਤੁਹਾਡਾ ਪਿਆਰ ਅੱਬਾ ਜੀ, ਉਹ ਕਾਰਟੂਨ ਦੇਖਦੇ ਨਾ ਮੋਟੂ ਪਤਲੂ, ਉਹਨਾਂ ਤੋਂ ਬਾਅਦ ਇਹ ਜੋੜੀ ਹੁੱਟ ਹੋਈ ਹੈ, ਉਹ ਜਿਹੜੀ ਹੈ ਨਾ ਮੋਟੂ ਔਰ ਪਤਲੂ ਕੀ ਜੋੜੀ, ਹੁਣ ਇਹ ਕਾਨੂੰਨੀ ਦੀ ਜੋੜੀ, ਹਮੀਦਾ ਪਾਗਲ ਕੀ ਜੋੜੀ, ਇਹ ਜੋੜੀ ਜੋੜੀ ਜਿਹੜੀ ਹੈ ਨਾ ਇਦਾਂ ਦੀ ਹਿੱਟ ਹੋਏਗੀ, ਅੱਲਾ ਦੀ ਮਿਹਰਬਾਨੀ ਦੇ ਨਾਲ ਲੋਕੀ ਕਹਿਣਗੇ ਜੋੜੀ ਹਿੱਟ ਹੋ ਜਾਏਗੀ। ਹਾਂ ਹੋਰ ਸੁਣਾਓ, ਮਨਪਸੰਦ ਮਨਪਸੰਦ ਬਿਸਕੁਟ ਤੁਹਾਡੀ ਪਸੰਦ, ਡੰਗ ਪਸੰਦ, ਤੁਸੀਂ ਆਪਣੀ ਪਸੰਦ ਦੇ ਖਾਂਦੇ ਖਾਂਦੇ ਪੀਂਦੇ ਆ ਕਿ ਨਹੀਂ? ਇੰਨਾ ਮਜ਼ਾ ਆ ਰਿਹਾ ਨਾ ਜੀ, ਇੱਥੇ ਇੱਕ ਹੋਟਲ ਆ, ਉੱਥੋਂ ਰੋਟੀ ਅਸੀਂ ਖਾਂਦੇ ਹਾਂ ਅੱਜ ਕੱਲ੍ਹ। ਆਹ ਹੁਣ ਅੱਧੇ ਕੰਦੂਗਾ ਜਿਹੜੇ ਵੰਡਦੇ ਨੇ ਨਾ ਛੱਡਤੀਆਂ, ਸਵੇਰ ਦੁਪਹਿਰ ਸ਼ਾਮ ਇੱਥੇ ਹੋਟਲ ਆ, ਤੁਹਾਨੂੰ ਮੰਗਾਵਾਂ ਰੋਟੀ? ਮੈਂ ਤੁਹਾਨੂੰ ਲੈ ਕੇ ਜਾਂਦਾ ਕੱਲ੍ਹ ਪਾਵੇ ਪੱਕੜੇ, ਖਾਧੀ ਨੀ ਹੋਣੀ ਏਦਾਂ ਦੀ। ਅੱਜ ਛੋਟਾ ਗੋਸ਼ਤ ਪੱਕਿਆ, ਸਵੇਰੇ ਅਸੀਂ ਤਿੰਨ ਤਿੰਨ ਪਰਾਠੇ ਖਾਧੇ ਦੋਨਾਂ ਨੇ, ਤਿੰਨ ਤਿੰਨ ਕਿਉਂ ਖਾਧੇ, ਕੀ ਗੱਲ ਆ? ਅੰਡਾ ਇੱਕ ਇੱਕ, ਅੰਡਾ ਇੱਕ ਇੱਕ, ਉਹਨਾਂ ਦੀ ਰੋਟੀ ਚੈੱਕ ਕਰਾ, ਕੁਰਕਰੀ ਦੇ ਦੇਖੋ, ਉਹ ਕੈਸਾ ਚੂਹਾ ਟੈਪ ਆ ਤੂੰ, ਏ ਕੁਰਕਰੀ ਰੋਟੀ ਖਾ ਕੇ ਦੇਖੋ, ਕੱਲ ਨੂੰ ਪਕਾਉਣੇ ਉਹਨੇ ਛੋਟੇ ਪਾਵੇ, ਤੇ ਇਹ ਹੁਣ ਤੁਸੀਂ ਨਾ ਕੋਈ ਗੜਬੜ ਨਹੀਂ ਕਰਨੀ, ਕੱਲ ਨੂੰ ਤੁਹਾਡੀ ਰੋਟੀ ਸਾਡੇ ਦੋ ਨਾਨ ਤੇ ਇੱਕ ਇੱਕ ਪਿਆਲਾ ਛੋਟੇ ਪਾਵੇ, ਆਖਰ ਤੁਹਾਡੀ ਸਾਡੀ ਰਿਸ਼ਤੇਦਾਰੀ ਹੈ, ਇੰਨੀ ਗੂੜੀ ਇੰਨੀ ਗੂੜੀ ਤੁਹਾਡੀ ਸਾਡੀ ਰਿਸ਼ਤੇਦਾਰੀ। ਤੁਹਾਨੂੰ ਕਹਿੰਦਾ ਰਾਇਤਾ ਨਹੀਂ ਹੈਗਾ, ਮੈਂ ਕਿਹਾ ਸਾਹਮਣੇ ਮੰਗਾ, ਕਹਿੰਦਾ ਮੋਲ ਲਾਉਣਾ, ਮੈਂ ਗਿਆ ਮੰਗਾ, ਮੇਰੇ ਕਜ਼ਨ ਆ ਤੇ ਮੈਂ ਇਹਨਾਂ ਦੀ ਕਦੀ ਬੈਠਕ ਚ ਬਹਿ ਕੇ ਚਾਹ ਨਹੀਂ ਪੀਤੀ, ਮੜਾ ਲਾ ਹੁਣ, ਮੜਾ ਲਾ ਇਹਨੂੰ, ਇਹ ਹੀ ਆ ਹੁਣ, ਮੜਾ ਲਾ ਖਾ ਕੇ ਤੇ ਵੇਖੋ ਉੱਥੇ ਦੀ ਆ, ਹਾਂ ਉਹੀ ਆ ਉਹੀ ਆ,
ਮੈਂ ਤਾਂ ਕਹਿੰਦਾ ਕਿਸ ਦਿਨ ਨਾਸ਼ਤਾ ਵੀ ਤੁਹਾਨੂੰ ਕਰਾਈਏ, ਤੁਹਾਨੂੰ ਸਾਰਾ ਕੁਝ ਕਰਾਉਂਦੇ ਆ ਜਦੋਂ ਘਰ ਜੋ ਪੱਕਾ ਆਇਆ। ਅੱਬੂ ਨੇ ਜਿਹੜੀ ਮਨਪਸੰਦ ਲਿਆਂਦੀ ਚਵਾਵਾ ਦੁੱਧ ਲਿਆਂਦਾ ਤੁਹਾਡੇ ਵਾਸਤੇ। ਅੱਛਾ ਅੱਛਾ, ਚਾਹ ਤੇ ਸ਼ੱਕਰ ਪੂਰੀ ਪੂਰੀ ਰੱਖ ਲਈ ਮੈਂ ਬਹੁਤ ਹੁੰਦੇ। ਮੈਂ ਦੁੱਧ ਤੁਹਾਡੇ ਲਈ ਉਹ ਲੈ ਕੇ ਆਇਆ ਕਿ ਬਾਲਟੀ ਜਿਹੜੀ ਆ ਡਾਇਰੈਕਟ ਮੱਝ ਦੇ ਥੱਲੇ ਰੱਖੀ ਆ। ਚਵਾਵਾ ਦੁੱਧ, ਚਵਾਵਾ ਚਵਾਵਾ, ਹੋਰ ਕੁਵਾਵਾਂ ਨਾਲ ਪਿਲਾਉਣਾ ਆ, ਚਵਾਵਾ ਵੀ ਥੱਲੇ ਬਾਲਟੀ ਆ, ਇੰਨਾ ਕੁ ਪਾਣੀ ਨਹੀਂ ਵਿੱਚ ਸ਼ੱਕਰ ਵਿੱਚ ਪਾਈ ਆ, ਜੋ ਤੁਸੀਂ ਘੁੱਟ ਭਰੋਗੇ ਨਾ ਤੁਹਾਡੇ ਬੁੱਲ ਜੁੜਨਗੇ। ਮੈਂ ਕਿਹਾ ਯਾਰ ਮੇਰੇ ਕਦਰਾਂ ਨੇ ਰੋਜ਼ ਰੋਜ਼ ਆਉਣਾ ਆ, ਇੱਦਾਂ ਅੱਛਾ ਲੱਗਦਾ ਨਹੀਂ ਹੈ। ਅੱਛਾ, ਮੈਂ ਸ਼ੁਰੂ ਤੋਂ ਜਦੋਂ ਪਹਿਲੇ ਦਿਨ ਵੀ ਤੁਹਾਨੂੰ ਦੇਖਿਆ ਸੀ ਨਾ, ਮੈਨੂੰ ਲੱਗਾ ਸੀਗਾ ਕੋਈ ਸਖੀ ਆਦਮੀ ਹੈ। ਤੂੰ ਸਹੀ ਨਹੀਂ ਵੇਖਿਆ, ਸਹੀ ਨਹੀਂ ਵੇਖਿਆ, ਸਹੀ ਨਹੀਂ ਤੂੰ ਮੈਨੂੰ ਵੇਖਿਆ, ਮੈਂ ਬੜੇ ਵੱਡੇ ਦਿਲ ਦਾ ਬੰਦਾ ਹੈ। ਸਾਨੂੰ ਪਤਾ ਲੱਗ ਗਿਆ ਜਿੱਡੇ ਤੁਸੀਂ ਆਪ ਵੱਡੇ ਹੁੰਦੇ। ਜਿਹੜਾ ਨਹੀਂ ਵੀ ਤੁਹਾਨੂੰ ਪਤਾ, ਤੁਹਾਨੂੰ ਲੱਗ ਜਾਏਗਾ ਪਤਾ, ਤੁਹਾਨੂੰ ਹੁਣ ਪੂਰਾ ਪਤਾ ਲਾਉਣਾ ਆ। ਕੱਲ੍ਹ ਤੁਸੀਂ ਮੇਰੇ ਕਦਰ ਆ, ਤੁਹਾਨੂੰ ਨਹੀਂ ਪਤਾ ਵੀ ਅਸੀਂ ਕਿੱਦਾਂ ਦੇ ਬੰਦੇ ਆ, ਸਾਨੂੰ ਤੁਹਾਡਾ ਨਹੀਂ ਪਤਾ ਵੀ ਤੁਸੀਂ ਕਿੱਦਾਂ ਦੇ ਆ। ਉਹ ਕੱਲ ਹਬੀ ਸਭ ਰੋਟੀ ਕੱਲ ਨਾ ਖਾਧੀ, ਕੱਲ ਅਸੀਂ ਭਿੰਡੀ ਗੋਸ਼ਤ ਸੀ, ਭਿੰਡੀ ਗੋਸ਼ਤ, ਭਿੰਡੀ ਓਏ ਹੋਏ, ਦੇਸੀ ਮੁਰਗਾ ਸੀਗਾ ਤੇ ਭਿੰਡੀ ਆ। ਮੈਂ ਕਿਹਾ ਦੱਸੋ ਵੀ ਤੁਸੀਂ ਹਰ ਸਬਜ਼ੀ ਦੀ ਵੀ ਗੋਸ਼ਤ ਹੀ ਖਾਂਦੇ। ਇਹ ਦੇਖੋ ਇਹ ਸਬਜ਼ੀ ਪਤਾ ਕਿੱਦਾਂ ਦੀ ਪਕਾਉਂਦਾ ਹੈ, ਜਿੱਦਾਂ ਦੀ ਕੱਟੀ ਹੈ ਨਾ ਭਿੰਡੀ, ਉੱਦਾਂ ਦੀ ਪਈ ਹੈ ਵਿੱਚ। ਇਹ ਨਹੀਂ ਕਿ ਗਲ ਮਲ ਕੇ ਤੇ ਉਹ ਵੱਖਰੀ ਵੱਖਰੀ ਹੋ ਗਈ ਹੈ, ਇਕੱਲੀ ਇਕੱਲੀ ਭਿੰਡੀ ਹੈ ਨਾਲ ਪੁੱਠ ਦਾ ਉਹਨਾਂ ਨੇ ਪਾਇਆ ਗੋਸ਼ਤ, ਜਿਲੇ ਦਿੱਤਾ ਨਾ ਪਲੇਟ 'ਚ ਪਾ ਕੇ ਤਿੰਨ ਬੋਟੀਆਂ ਅਤੇ ਭਿੰਡੀਆਂ, ਅਤੇ ਉੱਤੇ ਉਹਨੇ ਬਰੀਕ ਬਰੀਕ ਕੱਟਿਆ ਅਦਰਕ ਅਤੇ ਹਰੀ ਮਿਰਚ ਧਨੀਆ, ਜਿਲੇ ਉਹਨੇ ਉੱਤੇ ਧੂੜਿਆ ਹੈ ਨਾ, ਅਤੇ ਰੋਗ ਨਹੀਂ ਨਾਨ ਤੰਦੂਰ 'ਚੋਂ ਜਿਹੜੇ ਲੱਥਾ ਹੈ ਨਾ, ਮੈਂ ਛਾਬੇ 'ਚ ਨਹੀਂ ਰੱਖਣ ਦਿੱਤਾ, ਉਹ ਸੀਖ ਨਾਲ ਉਹਨੇ ਨਾਨ ਕੱਢਿਆ। ਮੈਂ ਕਿਹਾ ਯਾਰ ਇੱਦਾਂ ਹੀ ਮੇਰੇ ਵੱਲ ਸਿੱਟ ਦੇ, ਫਿਰ ਭੁੱਖ ਲੱਗੀ ਆ ਬਈ ਯਾਰ ਨੂੰ ਯਾਰ ਨਾ। ਠੀਕ ਹੈ ਜੀ, ਯਾਨੀ ਉੱਥੇ ਕੋਈ ਨਾ ਦਾਲ ਮੀਨਾਪੁਰਾ ਜੀ, ਅੱਜ ਕਿੰਨੇ ਹੋ ਗਏ? ਮੈਨੂੰ ਦੱਸੋ ਕਿਹੜੇ ਤੁਹਾਡੇ ਪਿੱਤਿਆਂ ਦੇ ਆਪਰੇਸ਼ਨ ਹੋਏ ਆ ਵੀ ਤੁਹਾਡੇ ਦੋ ਦੋ ਬਾਲਟੀਆਂ ਖੂਨ ਦੀਆਂ ਨਿਕਲੀਆਂ, ਤੁਹਾਨੂੰ ਗੋਸ਼ਤ ਜ਼ਰੂਰੀ ਆ, ਇਹ ਮੈਨੂੰ ਦੱਸੋ। ਨਹੀਂ ਨਹੀਂ ਗੋਸ਼ਤ ਜ਼ਰੂਰੀ ਨਹੀਂ ਆ, ਬਸ ਉਹ ਤਾਂ ਉਹ ਦੇਖੋ ਪੱਕਾ ਹੁੰਦਾ। ਬਸ ਨਾ ਕਹੋ, ਬਸ ਨਾ ਕਹੋ, ਚੰਗਾ ਹੋਵੋ। ਜਿਹੜੇ ਡੇਲੀ ਹੋਟਲ ਤੋਂ ਤੁਸੀਂ ਖਾਂਦੇ ਆ ਰੋਟੀ, ਹਾਂਜੀ, ਉਹਦਾ ਬਿੱਲ ਅੱਜ ਆਇਆ ਅੱਬੂ ਜੀ ਨੂੰ, ਬਿੱਲ ਐਤਕੀ ਬਹੁਤ ਆਏ ਆ ਔਰ ਰੋਟੀ ਦਾ ਬਿੱਲ ਦਾ। ਮੇਰੀ ਗੱਲ ਸਮਝ 'ਚ ਨਹੀਂ ਆਉਂਦੀ ਤੇ ਮੈਂ ਇੱਕ ਮਿੰਟ 'ਚ ਲੈ ਆਉਣੀ ਆ, ਇੱਥੇ ਦਰਵਾਜ਼ਾ ਖੜਕਾਇਆ ਆ ਕੇ, ਉਹ ਸਾਡਾ ਜ਼ਿੰਦਗੀ 'ਚ ਮੇਰਾ ਦਰਵਾਜ਼ਾ ਨਹੀਂ ਖੜਕਾਇਆ, ਅੱਲਾ ਦੀ ਮਿਹਰਬਾਨੀ ਨਾਲ ਪੰਜਾਬ ਲੈਵਲ 'ਤੇ ਕੁਰੈਸ਼ੀ ਦਾ ਨਾਂ ਆ। ਬੈਲ ਨਹੀਂ ਲੱਗੀ ਉਹ ਇੱਥੇ ਆ ਕੇ ਉਹ ਆਏ ਨੇ, ਉਹਨਾਂ ਨੇ ਕਿਹਾ ਜੀ ਇਹ 32,000 ਰੁਪਈਆ ਬਿੱਲ ਆ ਤੁਹਾਡੇ ਜਿਹੜੇ ਕਜ਼ਨ ਆ, ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕਸਮ ਆ ਜਿਹਨਾਂ ਨੂੰ ਤੁਸੀਂ ਮੰਨਦੇ ਆ, ਤੁਸੀਂ ਮੇਰੇ ਕਜ਼ਨ ਕਿੱਧਰੋਂ ਆ? ਏਸੀ ਕਿੰਨੇ ਲੱਗੇ ਆਪਣੇ? ਮੈਂ ਏਸੀ ਕੀ ਗੱਲ, ਲਾਸ਼ਾਂ ਲਾਉਣੀਆਂ ਤੂੰ? 32,000 ਰੁਪਏ ਬਿੱਲ ਆ ਗਿਆ ਮੇਰੇ ਵੱਲ ਵੇਖ ਇੱਧਰ, 32,000 ਰੁਪਇਆ ਰੋਟੀ ਦਾ, ਜਿਹੜਾ ਏਡੀ ਏਡੀ ਲੰਮੀ ਭਿੰਡੀ ਭੁਰਦੀ ਨਿੱਗੀ ਹਾਂਡੀ ਦੇ ਵਿੱਚ, ਨਾਲ ਪੁੱਠ ਦਾ ਗੋਸ਼ਤ, ਉਹਦਾ 32,000 ਹਮੀਰ ਸਾਹਿਬ, ਉਹਦਾ 32,000 ਰੁਪਇਆ ਉਹਦਾ ਹਮੀਰ ਸਾਹਿਬ, ਉਹਦਾ ਉਹਦਾ 32,000 ਰੁਪਇਆ ਬਿੱਲ, 32,000 ਤੁਸੀਂ ਇਹ ਦੇਖੋ ਉਹਦਾ ਬਿੱਲ 32,000 ਆ। ਆ ਜਿਹੜਾ ਬਿੱਲ ਤੁਸੀਂ ਖਾ ਕੇ ਆਏ ਆ, ਚੁੜਚੜੀ ਉੱਤੇ ਕਾਲੀਆਂ ਮਿਰਚਾਂ, ਉੱਤੇ ਹਰੀਆਂ ਮਿਰਚਾਂ, ਤੁਹਾਨੂੰ ਪਰਚੀ ਦਿੱਤੀ 32,000 ਦੀ? ਮੈਂ ਬੋਤਲਾਂ ਬੱਤੀ ਬਣਾ ਕੇ ਦਿੱਤੀ, ਬੱਤੀ ਬਣਾ ਕੇ 32,000 ਰੁਪਏ ਦੀ, ਨਹੀਂ ਬੋਤਲਾਂ ਨੀ ਫਿਰ ਲਿਖੀਆਂ ਹੋਣੀਆਂ ਵਿੱਚ, ਮੈਂ ਬੋਤਲਾਂ ਨੀ ਲਿਖੀਆਂ, ਝੂਠ ਬੋਲ, ਗਲਤ ਆ ਬਿੱਲ, ਬੋਤਲਾਂ ਹੀ ਪੀਂਦੇ ਆ ਲੱਸੀਆਂ, 200 ਪਰਸੋਂ ਪੀਤਾ ਯਾਰ, ਕੱਲ੍ਹ ਤਾਂ ਬੋਤਲਾਂ ਪੀ, ਇੱਕ ਬੋਤਲ ਵੱਡੀ ਲੀਟਰ ਵਾਲੀ 2 ਕਿਲੋ ਦੁੱਧ ਵਿੱਚ ਇਕੱਠਾ ਕਰਕੇ, ਤੁਹਾਨੂੰ ਜਾ ਕੇ ਗੱਡੀ ਥੱਲੇ ਦੇਣਾ ਸੀ ਵੀ ਤੁਹਾਨੂੰ ਤਾਕਤਵਰ ਚੀਜ਼ ਦਾ ਖਵਾਉਂਦੇ ਹੈ, ਤੁਸੀਂ ਕਿੱਧਰੋਂ ਮੇਰੇ ਕਜ਼ਨ ਆ? ਅਸੀਂ ਜਿੱਥੇ ਅਸੀਂ ਕੁਰੈਸ਼ੀ ਆ, ਤੁਸੀਂ ਪਤਾ ਨਹੀਂ ਤੁਸੀਂ ਕਿੱਦਾਂ ਸਾਡੇ ਪੜ ਗਏ ਕੁਰੈਸ਼ੀ, ਬਿਸਕੁਟ ਤੇ ਚਾਹ ਜਿਹੜੀ ਬਿਸਕੁਟ ਤੈਨੂੰ ਮੈਂ ਦਿੰਦਾ ਆ, ਤੇਰੀ ਦਾੜ੍ਹ ਥੱਲੇ ਚੁੱਕ ਕੇ ਅੰਦਰ ਤੇਰੇ ਕੀਤੀ ਹੈ ਨਾ ਜਿਹੜੀ ਤੂੰ ਕਢਾ ਕੇ ਆਇਆ ਹੈ, ਜਿੱਥੇ ਅਸੀਂ ਪਹਿਲੇ ਜਿੱਥੋਂ ਛੱਡ ਕੇ ਆਏ ਨਾ ਇਸ ਕਾਨੂੰਨੀ 'ਚ, ਅੱਜ ਤਿੱਕਰ ਕਿਸੇ ਦੀ ਜ਼ਰੂਰਤ ਨਹੀਂ ਪਈ, ਕਿਸੇ ਕਰਿਆਨੇ ਵਾਲੇ ਦੀ, ਕਿਸੇ
आटे वाले की किसी घ्यो वाले की किसी दुध वाले की आन के साडा बूआ खड़का ले खड़का ले क्रैशी साहब असि तुहाडे को इन्ने पैसे लैने मकद्दरां वाले हुंदे जिन्हां दे बूए ते कोई आउंदा बूए ते आउंदा सब असि तेरे बूए ते जाणा अज अज तेरा काला मूह करके तुहानू खोते ते मैं बिठाउणा मैं अपनी रिश्तेदारी अज लूणी आ मैं अपने कदलों का बेड़ा कर करना है मैं अज रिश्तेदारी खत्म कर दी अब्बा जी वेखो हमीद साहब दी हजे तक दाड़ गोश्त फसिया हजे तक कैंजन करन दा हमीद साहब और तू तो हमीद साहब तुसी तो पढ़े लिखे हो तुसी नहीं समझा सकते पागल इंसान नू ओ दो 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 किलो दूध सोडा तुसी ड्यूटी अब्बा जी सारे वाशरूम ते लाओ ते तू भाजी पागल ओ भाजी पागल दो दो किलो दुध दे विच लीटर दी बोतल पा के पीना तू पूरे घर च पोचियां लाएगा दिहाड़ी च दो वारी ਕੀ ਦੋ ਦੋ ਕਿਲੋ ਦੁੱਧ ਇੱਕ ਬੋਤਲ ਦੋ ਦੋ ਕਿਲੋ ਦੁੱਧ ਮੈਨੂੰ ਇੰਜ ਜਿਵੇਂ ਕੁੱਤਾ ਰੱਖਿਆ ਹੁੰਦਾ ਆ ਇੱਕ ਦਿਨ ਦੋ ਦੋ ਕਿਲੋ ਦੁੱਧ ਪੀਂਦਾ ਆ ਸਵੇਰੇ 10 ਵਜੇ ਸ਼ਾਮ ਨੂੰ 4 ਵਜੇ ਇੱਕ ਟਾਈਮ ਦੇ ਵਿੱਚ ਦੋ ਟਾਈਮਾਂ 'ਚ 4 ਕਿਲੋ ਦੁੱਧ ਤੇ ਦੋ ਬੋਤਲਾਂ ਦੋ ਹੁੰਦੇ ਵੀ ਦੋ ਆ ਨਾ ਔਰ ਉਹਦਾ ਮੂੰਹ ਛੋਟਾ ਆ ਤੇ ਖਾਣ ਵਾਲੀ ਹੌਦੀ ਕਿੱਡੀ ਵੱਡੀ ਆ ਆ ਹਮੀਦ ਦੀ ਅੱਬਾ ਜੀ ਆ ਹਮੀਦ ਸਾਹਿਬ ਤੇ ਮੈਂ ਕਹਿੰਦਾ ਕਿਤੇ ਮਾਰ ਹੀ ਦਿਓ ਕਾਕਾ ਇਹਨਾਂ ਨੂੰ ਲੈ ਕੇ ਚੱਲ ਉੱਥੇ ਇੰਜ ਇੰਨੀ ਕੁ ਬੁਰਕੀ ਤੋੜਦੇ ਸੀ ਰੋਟੀ ਦੀ ਜਿੱਥੋਂ ਹੁਣ ਇਹਨਾਂ ਲੈ ਕੇ ਆਇਆ ਤੇ ਐਡੀ ਬੋਟੀ ਫੜਦੇ ਇੰਨੀ ਕੁ ਬੁਰਕੀ ਦੇ ਨਾਲ ਉਹ ਮਨਪਸੰਦ ਕਹਿ ਕੇ ਲਿਆ ਸੀ ਮਨਪਸੰਦ ਤੈਨੂੰ ਖਵਾ ਦੇ ਜਿਹੜੇ ਵਾਸ਼ਰੂਮ ਤੂੰ ਸਾਫ਼ ਕਰਨੇ ਆ ਨਾ ਉਹਦੇ ਵਿੱਚ ਬਥੇਰੇ ਮਨਪਸੰਦ ਹੁੰਦੇ ਆ ਮਨਪਸੰਦ ਇੰਜ ਚੁੰਬੜੀ ਆ ਇੰਜ ਤੂੰ ਲਾ ਲਾ ਕੇ ਖਰੋਚ ਖਰੋਚ ਕੇ ਖਾਣੀ ਆ ਹਮੀਦ ਸਾਹਿਬ ਜਿਹੜਾ ਕੰਮ ਤੈਨੂੰ ਉਹਨਾਂ ਨੇ ਦੱਸਿਆ ਵੈਸੇ ਤੇਰਾ ਮਨਪਸੰਦ ਹੀ ਹੈ ਯਾਰ ਫਾੜੇ ਨੂੰ ਤੇ ਤੁਹਾਡਾ ਵੀ ਪੋਚੀ ਪਸੰਦ ਦੁੱਧ ਪਸੰਦ ਤੁਸੀਂ ਬਹੁਤ ਪੀ ਲਿਆ ਉਹ ਪਿਛਲੇ ਕਮਰੇ ਤੋਂ ਤਪੜੀ ਮਾਰਨੀ ਸ਼ੁਰੂ ਹੋਣੀ ਆ ਇੱਥੇ ਤੱਕ ਆਉਣੀ ਆ ਤਾਲਾ ਨਾ ਖੋਲੀ ਆ ਤਾਲਾ ਬਾਜੀ ਲੱਗਾ ਤਾਲਾ ਖੋਲੀ ਤਾਲਾ ਲੱਗਾ ਫਰਨੀਚਰ ਮੈਂ ਫਰਨੀਚਰ ਨਹੀਂ ਸਾਫ਼ ਕਰਨਾ ਫੇ ਹਾਂ ਫਰਨੀਚਰ ਫਰਨੀਚਰ ਸਾਫ਼ ਨਹੀਂ ਕਰਨਾ ਹੱਥਾਂ ਨਾਲ ਤੂੰ ਫਰਨੀਚਰ ਚਟਣਾ ਵਾ ਮੈਂ ਜਾਲੇ ਜੁਲੇ ਜਾਲਿਆਂ ਦਾ ਨਾ ਮੈਨੂੰ ਕਹੀ ਜਾਲਿਆ ਤੇਰੇ ਕਿਉਂ ਨਾ ਕਿਉਂ ਕੀ ਗੱਲ ਆ ਤੇਰੇ ਅੱਖਾਂ ਦੇ ਕਿਰਕ ਪੈਂਦੀ ਤੇਰੇ ਅੱਖਾਂ ਦੇ ਐ ਸੋਟੀ ਦੇਖ ਲਓ ਕਿੱਡੀ ਆ ਵਾਸ਼ਰੂਮ ਚ ਪੱਪੂ ਇਹਦੇ ਅੱਗੇ ਕਪੜਾ ਲਵੇਟ ਕੇ ਅੱਜ ਹਮੀਦ ਸਾਹਿਬ ਤੁਹਾਡੇ ਅੰਦਰ ਦੇ ਜਾਲੇ ਵੀ ਸਾਫ਼ ਕਰਨੇ ਆ ਤੇ ਤੇਰੇ ਦਿਮਾਗ ਦੇ ਜਾਲੇ ਵੀ ਸਾਫ਼ ਕਰਨੇ ਆ ਵਿੱਚ ਇਹਨਾਂ ਲੈ ਕੇ ਚੱਲ ਅੰਦਰ ਚਲੋ ਚੱਲ ਮੈਂ ਕਿਹਾ ਪਹਿਲੇ ਤੂੰ ਤਾਂ ਪਹਿਲੇ ਬਾਹਰ ਵਾਲਾ ਵਾਸ਼ਰੂਮ ਸਾਫ਼ ਕਰ ਤੂੰ ਨਜ਼ਰ ਆਉਣਾ ਆ ਮੈਂ ਕਿਹਾ ਮੈਨੂੰ ਨਜ਼ਰ ਆਉਣਾ ਤੂੰ ਕਿੱਦਾਂ ਮਰਦਮ ਦੇ ਵਿੱਚ ਕਿੱਦਾਂ ਮੰਗਦਾ ਹੋਏਗਾ ਅਬੇ ਹਜੇ ਬੋਟੀਆਂ ਕੱਢੀ ਜਾਂਦੇ ਹਜੇ ਬੋਟੀਆਂ ਕੱਢੀ ਜਾਂਦਾ ਆ ਇਹਦੀ ਜੇਬ ਚ ਵੀ ਬੋਟੀਆਂ ਕੱਢਣ ਡਿਆ ਆ ਅੱਛਾ ਅੰਦਰ ਚਲੋ ਵਾਸ਼ਰੂਮ ਕਿੱਥੇ ਰੱਖਿਆ ਬਾਹਰ ਵਾਸ਼ਰੂਮ ਕਿੱਥੇ ਇੱਧਰ ਇੱਧਰ ਹੋ ਬਾਹਰ ਆ ਕਿੱਡਾ ਸ਼ਰੀਫ ਬਣਿਆ ਆ ਆਵੇ ਆ ਲੱਲਾ ਬਣਿਆ ਆ ਵਾਸ਼ਰੂਮ ਵਾਸ਼ਰੂਮ ਓ ਜਿਹੜਾ ਹਮੀਦ ਸਾਹਿਬ ਓ ਜਿਹੜਾ ਫਾੜੇ ਨੂੰ ਓ ਬਦਰਾ ਅਲਾ ਟੁੱਟੀ ਇੱਥੇ ਪਾਣੀ ਇੱਥੇ ਬਾ ਪਿੱਛੋਂ ਧੋਣੇ ਸ਼ੁਰੂ ਕਰਨੇ ਆ ਓ ਕਲੀਨ ਝਾੜ ਓ ਛੋਟੇ ਕਲੀਨ ਝਾੜ ਅੰਦਰ ਜਾ एक मिनट ओए प्लास लिया ओदे बोटी फस गई है बोटी फस गई इन्हें पता नहीं अद्धे मीटर की बोटी है ये अंदर चंगी तरह साफ कर चंगी तरह बापर ला जल्दी ले जल्दी आ ਚੰਗੀ ਤਰ੍ਹਾਂ ਸਾਫ਼ ਕਰ ਇਹ ਉਹਦੇ ਭਰਾ ਦੇ ਹੱਥ ਮਾਰ ਚੰਗੀ ਤਰ੍ਹਾਂ ਹੱਥ ਮਾਰ ਇਹਦੇ ਨਾਲ ਹਾਂ ਇਹ ਨਾ ਪਾਗਲ ਭਾਈ ਇਹਦੇ ਨਾਲ ਕਰ ਫੜ ਜਰਾ ਫੜ ਫੜ ਚੰਗੀ ਤਰ੍ਹਾਂ ਚਿੱਟਾ ਸਫੈਦ ਨਜ਼ਰ ਆਉਣਾ ਚਾਹੀਦਾ ਮੇਰੇ ਤਨ ਮੈਂ ਦੱਸ ਦਵਾਂ ਵੇਲੀਆਂ ਕਦਨ ਸਾਡੇ ਆਏ ਆ ਤੁਹਾਡਾ ਮੈਂ ਦੱਸਦਾ ਜਿਹੜੇ ਕਦਨ ਡਜ਼ਨ ਬਣੇ ਆ ਤੁਸੀਂ ਸਾਡੇ ਤੁਹਾਡਾ ਕਰਦਾ ਹੱਲ ਮੈਂ ਤੁਹਾਡਾ ਹੱਲ ਕਰਦਾ ਚੰਗੀ ਤਰ੍ਹਾਂ ਦੀਵਾਰਾਂ ਵੀ ਥੱਲੇ ਵੀ
ਪਾਣੀ ਮਾਰ ਪਾਣੀ ਜਰਾ ਪਾਣੀ ਜੀ ਭਾਜੀ ਲੰਮੇ ਪਾਗਲ ਭਾਜੀ ਐ ਵੈਪਰ ਮਾਰਨਾ ਫੜ ਵੈਪਰ ਫੜ ਮਿੱਟੀ ਨਾ ਨਜ਼ਰ ਆਵੇ ਉਹ ਤਾਂ ਪਿੱਛੇ ਆ ਪਿੱਛੇ ਆ ਉਹ ਪਿੱਛੇ ਆ ਪਿੱਛੇ ਆ ਪਿੱਛੇ ਆ ਜਰਾ ਇੱਥੋਂ ਚੰਗੀ ਤਰ੍ਹਾਂ ਐਦਾਂ ਆ ਆ ਜਰਾ ਪਿੱਛੇ ਚੰਗੀ ਤਰ੍ਹਾਂ ਆ ਮੰਜਾ ਮੈਂ ਖੜਾ ਕਰ ਦਵਾਂ ਇੱਥੇ ਚੰਗੀ ਤਰ੍ਹਾਂ ਸਫਾਈ ਕਰ 32,000 ਦਾ ਗੋਸ਼ਤ ਖਾ ਗਏ ਟੈਪ ਲੈ ਲਵਾਂ ਭਾਜੀ ਐਡੇ ਤੁਸੀਂ ਸਾਡੇ ਕਿਤੇ ਸ਼ੇਰ ਰੱਖੇ ਅਸੀਂ ਉਹ ਇੰਨਾ ਤਾਂ ਕੁੱਤੇ ਰੱਖੇ ਨਹੀਂ ਖਾਂਦੇ ਜਿੰਨਾ ਤੁਸੀਂ ਗੋਸ਼ਤ ਖਾ ਗਏ ਪੈਰ ਧੋਲਾ ਤੇ ਪੈਰ ਬਾਅਦ ਚੋਂ ਧੋਲਾਈ ਇੱਕ ਮਿੰਟ ਤੇਰੇ ਰੋਜ਼ਾ ਲੱਗਦਾ ਪੈਰ ਧੋਣੇ ਆ ਤੇਰੀ ਲਕਸੀਰ ਫੁੱਟੀ ਆ ਹੱਦ ਪਿੱਛੇ ਉਹ ਪਿੱਛੇ ਹੋ ਜਾ ਪਿੱਛੇ ਉਹ ਸ਼ੁਰੂ ਹੋ ਤੂੰ ਤੂੰ ਵੀ ਕਰਦਾ ਤੂੰ ਕੀ ਕਰਦਾ ਬਹੁਤ ਹੀ ਆਉਣੀ ਆ ਗੋਸ਼ਤ ਦੀ ਨੀ ਆਉਂਦੀ ਸੀ ਦਿਮਾਗ ਦੇ ਖੋਲਣੇ ਤਾਲੇ 32,000 ਦੀ ਰੋਟੀ 32,000 ਦੀ ਕਹਿੰਦਾ ਦਾਲ ਵੀ ਪੱਕਦੀ ਆ ਲੇਕਿਨ ਅਸੀਂ ਗੋਸ਼ਤ ਨਾਲ ਖਾਂਦੇ ਆ 32,000 ਦੀ ਰੋਟੀ ਖਾ ਗਏ ਆ 15 ਹੋਰ ਪਾ ਕੇ ਚੰਗਾ ਭਲਾ ਬੱਕਰਾ ਆ ਜਾਂਦਾ ਉਹ ਹਮੀਦ ਸਾਹਿਬ ਦੇਖੋ ਸਿਆਣੇ ਪਿਆਣੇ ਕੈਸਾ ਲੰਘਤੀ ਹਮੀਦ ਸਾਹਿਬ ਹਾਂ ਉਹ ਲਗਾਇਆ ਵਾਸ਼ਰੂਮ ਚ ਚਾਹ ਤੇ ਪਿਆਓ ਚਾਹ ਕੀ ਗੱਲ ਆ ਹਫਤਾ ਹੋ ਗਿਆ ਲੱਗਿਆ ਨੂੰ ਇਹ ਚਾਹ ਪਲਾ ਛੱਡ ਗਿਆ ਪੱਖਰ ਟਾਈਮ ਲੈ ਕੇ ਜਾਣਾ ਇਹਨੇ ਗੱਡੀ ਲੈ ਕੇ ਜਾਣੀ ਇਹਨੂੰ ਨੀਂਦ ਆ ਜਾਣੀ ਕ੍ਰਾਸ਼ੀ ਸਾਹਿਬ ਅੰਦਰ ਕੌਣ ਗਿਆ ਸੀ ਪਹਿਲੇ ਅੰਦਰ ਕੌਣ ਗਿਆ ਅੰਦਰ ਜਿਹੜਾ ਵੀ ਗਿਆ ਕਰ ਸਾਹਿਬ ਅੰਦਰ ਜਿਹੜਾ ਵੀ ਗਿਆ ਕਰ ਸਾਹਿਬ ਸਾਹਿਬ ਕਰ ਤੈਨੂੰ ਕੀ ਮੌਤ ਪੈ ਗਈ ਆ ਭਾਜੀ ਪਾਗਲ ਜਲਦੀ ਕਰ ਜਲਦੀ ਕਦਨ ਆ ਜਾਂਦੇ ਨੇ ਕਰ ਲਿਆ ਨੁਕਰ ਚੋ ਖਿੱਚ ਕੇ ਜਦੋਂ ਕਦਨ ਆਵੇ ਉਦੋਂ ਇਹਨਾਂ ਨੂੰ ਸਫਾਈਆਂ ਕਰਾਓ ਬੜੀਆਂ ਰੋਟੀਆਂ ਬਿਸਕੁਟ ਖਾਣ ਡਏ ਆ ਕਦੀ ਕੁਝ ਖਾਣ ਡਏ ਬੜੇ ਮਹਿਮਾਨ ਨਵਾਜ਼ ਆ ਤੁਸੀਂ ਹਾਂਜੀ ਇਨਸ਼ਾਅੱਲਾ ਇਹਨਾਂ ਨੂੰ ਅੱਛੀ ਹੋਏਗੀ ਉਹ ਕਿੱਥੇ ਆ ਜਿਹੜਾ ਚਵਾਵਾਂ ਦੁੱਧ ਲਿਆਉਂਦਾ ਹੈ ਉਹ ਦਿੰਨੇ ਤੈਨੂੰ ਦਿੰਨੇ ਚਵਾਵਾਂ ਦੁੱਧ ਜੇ ਕੜਨ ਡਿਆ ਕੜ ਕੜ ਕੇ ਜ਼ਰਾ ਲਾਲ ਹੋ ਲਵੇ ਫਿਰ ਤੁਹਾਡੇ ਉੱਤੇ ਰੋਣ ਨਾ ਉਹ ਦੁੱਧ ਤੁਹਾਡੇ ਛਾਲੇ ਬਣਨ ਉਹ ਜਿਹੜੀ ਮਨਪਸੰਦ ਜਿਹਦੇ ਉੱਤੇ ਐਡਾ ਜਿਹੜੀ ਮਨਪਸੰਦ ਬਦਾਮ ਆ ਨਾ ਮੈਂ ਕਹਿੰਦਾ ਆਪਾਂ ਜੀ ਇਹਦੀ ਵੈਪਰ ਤੋਂ ਡਿਊਟੀ ਲਾ ਕੇ ਇਹਦੀ ਵੀ ਮਨਪਸੰਦ ਲਾ ਦੇ ਆ ਇੱਧਰ ਆ ਜਾ ਤੂੰ ਵੀ ਕਾਜੀ ਸਾਹਿਬ ਉਹ ਚਾਹ ਦੇ ਜਿਸ ਉੱਤੇ ਅਸੀਂ ਕੰਮ ਕਰਦੇ ਆ ਚਾਹ ਪਲਾਉਨੇ ਆ ਨਾਨਾ ਆ ਸਾਡਾ ਤੈਨੂੰ ਚਾਹ ਪਲਾਉ ਨਾਲ ਚੱਲ ਅੰਦਰ ਅੰਦਰ ਚੱਲ ਦੋਵੇਂ ਬਾਹਰ ਬਾਹਰ ਦਰਵਾਜ਼ਾ ਲਾ ਗਿਆ ਮਨਪਸੰਦ ਦੇ ਚੀੜ ਲਾ ਅੰਦਰ ਦੇ ਇਹਨਾਂ ਨੂੰ ਚਲੋ ਦੋਨਾਂ ਨੂੰ ਅੰਦਰ ਦੇ ਅੰਦਰ